ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਅੱਜ ਬਾਬਾ ਜੀ ਜਿਹੜੇ ਸੀਗੇ ਸਾਡੇ ਕੋਲ ਆਏ ਹੋਏ ਜੀ, ਅਮਰੀਕ ਸਿੰਘ ਜੀ ਔੜਮਾ ਟਾਂਡਾ ਤੋਂ, ਟਾਂਡਾ ਮਾੜੀ ਪਿੰਡ ਤੋਂ। ਇਹਨਾਂ ਦੀ ਇੱਕ ਅੱਖ ਵੀ ਖਰਾਬ ਸੀ ਅਤੇ ਆਹ ਚੂਹਾ ਟੁੱਟਿਆ ਹੋਇਆ ਜੀ ਇਸ ਸਾਈਡ ਤੋਂ ਇਹਨਾਂ ਦਾ ਬਾਬਾ ਜੀ ਦਾ। ਅਤੇ ਅੱਜ ਤੋਂ 10 ਕੁ ਦਿਨ ਪਹਿਲਾਂ ਅਸੀਂ ਹੋਸਪਿਟਲ ਲੈ ਕੇ ਆਏ ਸੀ ਬਾਬਾ ਜੀ ਨੂੰ, ਅਤੇ ਡਾਕਟਰਾਂ ਨੇ ਦੱਸਿਆ ਸੀ ਵੀ ਚੂਲਾ ਨਵਾਂ ਪੈਣਾ ਵਾ ਇਹਨਾਂ ਦਾ, ਅਤੇ 1.25 ਲੱਖ ਰੁਪਏ ਦੇ ਆਸ ਪਾਸ ਉਹਨਾਂ ਨੇ ਖਰਚਾ ਦੱਸਿਆ ਸੀ ਇਹਨਾਂ ਦਾ। ਅਤੇ ਹੁਣ ਅਸੀਂ ਕੁਛ ਪੈਸਿਆਂ ਦਾ ਅਰੇਂਜਮੈਂਟ ਕਰਕੇ 70,000 ਰੁਪਇਆ ਇਹਨਾਂ ਨੂੰ ਲੈ ਕੇ ਆਏ ਹਾਂ ਬਾਬਾ ਜੀ ਨੂੰ। ਅਤੇ ਆਪਦੇ ਪਿੰਡ ਉੱਥੇ ਰਹਿੰਦੇ ਸੀਗੇ, ਟਾਂਡਾ ਮਾੜੀ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ, ਗੁਰਦੁਆਰਾ ਸਕੂਲ ਦੇ ਵਿੱਚ ਪੈਂਦੇ ਸੀ ਛੱਤ ਦੇ ਉੱਪਰ, ਉੱਥੋਂ ਡਿੱਗ ਪਏ ਸੀ ਇਹ। ਇਹਨਾਂ ਦਾ ਚੂਲਾ ਟੁੱਟ ਗਿਆ ਸੀਗਾ ਜੀ। ਇਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਨਹੀਂ ਇਹਨਾਂ ਦੀ ਮਦਦ ਕਰਨ ਵਾਲਾ, ਇਕੱਲੇ ਨੇ ਵਿਚਾਰੇ, ਬੇਸਹਾਰਾ ਨੇ। ਪਹਿਲਾਂ ਇਹਨਾਂ ਦੇ ਜਿਵੇਂ ਤੁਹਾਨੂੰ ਦੱਸਿਆ ਹੋਇਆ ਜੀ, ਇਹਨਾਂ ਦੇ ਕਰੰਟ ਲੱਗ ਗਿਆ ਸੀਗਾ, ਇੱਕ ਬਾਂਹ ਵੀ ਹੈ ਨਹੀਂ ਗੀ, ਅਤੇ ਇੱਕ ਆਹ ਪੂਰੀ ਸਾਈਡ ਜਲੀ ਹੋਈ ਹੈ ਜੀ, ਅਤੇ ਅੱਖ ਵੀ ਇੱਕ ਖਤਮ ਹੋਈ ਹੋਈ ਆ। ਸਿਰ ਦੇ ਵਿੱਚ ਵੀ ਬਾਬਾ ਜੀ ਦੇ ਬਹੁਤ ਵੱਡਾ ਹੈਗਾ ਹੋਲ। ਅਤੇ ਹੁਣ ਇਹਨਾਂ ਦਾ ਪੇਸ਼ੈਂਟ ਡਾਕਟਰ ਰਮਨ ਸਿੰਘ ਰਾਜ ਦੀਪਕ ਹੋਸਪਿਟਲ ਦੇ ਵਿੱਚ ਕਰਨਗੇ ਜੀ। ਅਸੀਂ ਉੱਥੇ ਅੱਜ ਇਹਨਾਂ ਨੂੰ ਲੈ ਕੇ ਆਏ ਦੁਬਾਰਾ ਐਡਮਿਟ ਕਰਾਉਣ ਲਈ। ਜਿਵੇਂ ਸਾਡਾ ਨੰਬਰ ਤੁਸੀਂ ਸਾਰੇ ਜਾਣਦੇ ਹੋ, 97-800-3000-0073 ਨੰਬਰ ਹੈ ਜੀ। ਅਤੇ ਜੇ ਕੋਈ ਵੀਰ ਸੰਪਰਕ ਕਰਨਾ ਚਾਹੁੰਦਾ ਹੋਵੇ ਤਾਂ ਇਹਨਾਂ ਦੀ ਬਾਬਾ ਜੀ ਦੀ ਮਦਦ ਕਰ ਸਕਦਾ ਜੀ, ਅਤੇ ਹੋਸਪਿਟਲ ਦੇ ਵਿੱਚ ਆ ਕੇ ਇਹਨਾਂ ਦਾ ਬਿੱਲ ਪੇ ਕਰ ਸਕਦਾ ਜੀ। ਜੋ ਸਾਡੀ ਟੀਮ ਵੱਲੋਂ ਬਣਦੀ ਸੇਵਾ ਉਹ ਕਰੀ ਜਾ ਰਹੀ ਹੈ ਜੀ ਇਹਨਾਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।